10 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਜਿਹੜਾ ਦਫ਼ਤਰ ਹੈ ਉਦੇ ਬਾਹਰ ਇੱਕ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਕਰਾਂਗੇ ਪਰ ਇਹਨਾਂ ਵੱਲੋਂ ਵੱਡੇ ਵੱਡੇ ਜਿਹੜੇ ਘਪਲੇ ਕੀਤੇ ਜਾ ਰਹੇ ਨੇ ਗੁਰੂ ਦੀ ਗੋਲਕ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਇੱਕ ਵੀ ਮੈਂਬਰ ਦੇ ਕੋਲ ਕੋਈ ਜਵਾਬ ਹੈ ਕਿ ਉਹ ਸਰੂਪ ਗਏ ਕਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਇਲਜ਼ਾਮ ਲੱਗੇ ਨੇ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਅਕਾਲ ਯੂਥ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਵੱਡਾ ਐਲਾਨ ਕੀਤਾ ਕਿ 10 ਅਪ੍ਰੈਲ ਨੂੰ ਐਸਜੀਪੀਸੀ ਦੇ ਮੁੱਖ ਦਫ਼ਤਰ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਨਾਲ ਘਿਰਾਓ ਕੀਤਾ ਜਾਏਗਾ ਇਥੇ ਅਕਾਲ ਯੂਥ ਦੇ ਵੱਲੋਂ ਬਾਪੂ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਤੇ ਸਤਵੰਤ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਜਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੀ ਸੈਣੀ ਮਾਜਰਾ ਨੇੜੇ 에어ਪੋਰਟ ਦੀ ਜਿਹੜੀ 에어ਪੋਰਟ ਰੋਡ ਤੇ ਬਹੁ ਕਰੋੜੀ ਜ਼ਮੀਨ ਹੈ ਉਸ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਆਪਣੇ ਨਿੱਜੀ ਮੁਫਾਦਾਂ ਦੇ ਲਈ ਵੇਚਿਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ 23 ਕਿੱਲੇ ਜ਼ਮੀਨ ਹੈ ਜਿਹੜੀ ਉਹ ਸੈਣੀ ਮਾਜਰਾ ਦੇ ਵਿੱਚ ਇੱਕ ਬੀਬੀ ਨੇ দান ਕੀਤੀ ਸੀ ਤਾਂ ਕਿ ਐਸਜੀਪੀਸੀ ਦੇ ਵੱਲੋਂ ਇਸ ਜ਼ਮੀਨ ਦੇ ਉੱਤੇ ਕੋਈ ਸਰਾ ਬਣਾਈ ਜਾਵੇ ਜਿਹੜੇ ਇੱਥੇ ਮਰੀਜ਼ ਆਉਂਦੇ ਨੇ ਕਿਉਂਕਿ ਵੱਡੇ ਹਸਪਤਾਲ ਨੇ ਫੋਰਟਿਸ ਹਸਪਤਾਲ ਹੈ ਜਾਂ ਪੀਜੀਆਈ ਹੈ ਜਿਹੜੇ ਇੱਥੇ ਮਰੀਜ਼ ਆਉਂਦੇ ਨੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਇਸ ਸਰਾ ਦੇ ਵਿੱਚ ਰੁੱਕ ਸਕਣ ਜਾਂ ਇੱਥੇ ਕੋਈ ਹਸਪਤਾਲ ਬਣਾ ਦਿਓ ਜਾਂ ਫਿਰ ਕੋਈ ਸਕੂਲ ਉਸਾਰ ਦਿਓ ਇਸ ਕਰਕੇ 23 ਕਿੱਲੇ ਜ਼ਮੀਨ ਹੈ ਜਿਹੜੀ ਉਹ ਸੈਣੀ ਮਾਜਰਾ ਦੇ ਵਿੱਚ ਦਿੱਤੀ ਸੀ ਜਿਹੜੀ ਹੁਣ 에어ਪੋਰਟ ਰੋਡ ਤੇ ਆਉਂਦੀ ਹੈ 에어로 ਦੇ ਵਿੱਚ ਆਉਂਦੀ ਹੈ ਪਰ ਉਹ ਜ਼ਮੀਨ ਹੈ ਜਿਹੜੀ ਉਹ ਜੀਪੀਸੀ ਨੇ 2012 ਤੇ 13 ਦਰਮਿਆਨ 12.5 ਜਾਂ 13 ਕਿੱਲੇ ਜ਼ਮੀਨ ਉਹਦੇ ਵਿੱਚੋਂ 23 ਕਿੱਲਾਂ ਦੇ ਵਿੱਚੋਂ 19 ਕਰੋੜ 36 ਲੱਖ ਰੁਪਏ ਦੇ ਵਿੱਚ ਵੇਚ ਦਿੱਤੀ ਸੀ ਪਰ ਇਸ ਦੀ ਕੀਮਤ 66 ਕਰੋੜ ਰੁਪਏ ਬਣਦੀ ਹੈ ਕਹਿੰਦੇ ਉਸਦੇ ਬਦਲੇ ਦੇ ਵਿੱਚ SGPC ਨੇ ਮਲੇਰ ਕੋਟਲਾ ਵਿੱਚ 14 ਕਰੋੜ ਰੁਪਏ ਦੀ ਜ਼ਮੀਨ ਖਰੀਦੀ ਸੀ ਪਰ ਉਸ 14 ਕਰੋੜ ਦੀ ਜ਼ਮੀਨ ਦੀ ਕੀਮਤ ਹੁਣ ਸਿਰਫ 9 ਕਰੋੜ ਰੁਪਏ ਰਹਿ ਗਈ ਹੈ ਜਦ ਕਿ ਜਿਹੜੀ 19 ਕਰੋੜ 36 ਲੱਖ ਚ ਵੇਚੀ ਸੀ ਉਹਦੀ ਕੀਮਤ 66 ਕਰੋੜ ਰੁਪਏ ਹੈ ਉਹਨਾਂ ਇਲਜ਼ਾਮ ਲਾਇਆ ਕਿ ਹਸਾਬ ਲਾਇਆ ਜਾ ਸਕਦਾ ਹੈ ਇਸ ਤੋਂ ਹੀ ਕਿ ਐਸਜੀਪੀਸੀ ਨੇ ਬਾਦਲ ਪਰਵਾਦ ਦੇ ਇਸ਼ਾਰੇ ਤੇ ਗੁਰਦੁਆਰਾ ਸਾਹਿਬ ਨੂੰ ਕਰੋੜਾਂ ਰੁਪਏ ਦਾ ਘਾਟਾ ਪੁਆਇਆ ਤੇ ਗੁਰੂ ਘਰ ਦੀ ਗੋਲਕ ਹੈ ਜਿਹੜੀ ਉਹ ਲੁੱਟੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ 912 ਕਰੋੜ 59 ਲੱਖ ਰੁਪਏ ਦਾ ਬਜਟ ਪਾਸ ਕੀਤਾ ਸੀ ਜਿਹੜਾ ਕਿ 40 ਕਰੋੜ 66 ਲੱਖ ਦੇ ਘਾਟੇ ਵਾਲਾ ਬਜਟ ਸੀ ਤੇ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਗੁਰੂ ਕੀ ਗੋਲਕ ਨੂੰ ਇੰਨਾ ਘਾਟਾ ਪਿਆ ਹੋਵੇ ਸੋ ਨਾਲ ਹੀ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਪਾਵਨ ਸਰੂਪਾਂ ਦਾ ਮਸਲਾ ਵੀ ਚੁੱਕਿਆ ਕੀ ਕੁਝ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਜਲਦ ਹੀ ਪੁੱਡਾ ਤੇ ਗਮਾੜਾ ਦੇ ਸਬੰਧਿਤ ਮੰਤਰੀ ਗੁਰਵਿੰਦਰ ਮਾਫ ਕਰਨਾ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਦੇ ਨਾਲ ਮੁਲਾਕਾਤ ਕਰਾਂਗੇ ਤਾਂ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੇਚਣ ਤੋਂ ਰੋਕਿਆ ਜਾ ਸਕੇ ਤੇ 10 ਅਪ੍ਰੈਲ ਨੂੰ SPCB ਦੇ ਮੁੱਖ ਦਫ਼ਤਰ ਦੇ ਬਾਹਰ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਕਿ SPCB ਦੇ ਕੰਨ ਖੁੱਲ ਸਕਣ ਕੀ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਸੁਣਾ ਵੀ ਦਿੰਨੇ ਆ ਕਾਲ ਯੂਥ ਵੱਲੋਂ ਗੁਰਦੁਆਰਾ ਅੰਮ੍ਰਿਤਸਰ ਦੇ ਬਾਹਰ ਜਿਹੜਾ ਮੈਨੇਜਰ ਦਾ ਦਫਤਰ ਹੈ ਸਾਈਡ ਦੇ ਵਿੱਚ ਉੱਥੇ ਪ੍ਰੋਟੈਸਟ ਕੀਤਾ ਸੀਗਾ ਪ੍ਰੋਟੈਸਟ ਕਰਨ ਦਾ ਕਾਰਨ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅੰਮ੍ਰਿਤਸਰ ਦੀ ਜਿਹੜੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਉਹ ਧੋਖੇ ਦੇ ਨਾਲ ਫਰੇਵ ਦੇ ਨਾਲ ਉਹਨੂੰ ਵੇਚਿਆ ਜਾ ਰਿਹਾ ਕਿਉਂਕਿ 2012 ਤੇ 13 ਦਰਮਿਆਨ ਵੀ ਜਿਹੜੀ 23 ਕਿੱਲੇ ਜ਼ਮੀਨ ਹੈ ਸੈਣੀ ਮੱਜਰੇ ਜਿਹੜਾ ਇਲਾਕਾ ਪੈਂਦਾ 에어로 ਸਿਟੀ ਉਹਨੂੰ ਕਹਿੰਦੇ ਨੇ ਹੁਣ 에어ਪੋਰਟ ਦੇ ਨੇੜੇ ਉਹ ਥਾਂ ਐ ਜਿਹੜੀ ਇੱਕ ਬੀਬੀ ਨੇ ਇਸ ਕਰਕੇ দান ਦੇ ਵਿੱਚ ਦਿੱਤੀ ਸੀ ਕਿ ਉੱਥੇ ਗਰੀਬਾਂ ਦੇ ਲਈ ਕੋਈ ਹਸਪਤਾਲ ਬਣਾ ਦਿਓ ਗਰੀਬ ਬੱਚਿਆਂ ਦੇ ਲਈ ਸਿੱਖ ਬੱਚਿਆਂ ਦੇ ਲਈ ਕੋਈ ਸਕੂਲ ਬਣਾ ਦਿਓ ਜਾਂ بڑے ਲੋਕੀ ਜਿਹੜੇ ਪੀਜੀਆਈ ਜਿਹੜੇ ਰਹਿੰਦੇ ਇਲਾਜ ਕਰਨ ਲਈ ਲੋਕੀ ਜਾਂਦੇ ਨੇ ਉਹ ਤਾਂ ਕਿ ਇੱਥੇ ਰਹਿ ਸਕਣ ਉੱਥੇ ਕੋਈ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਰਾਏ ਦੀ ਐ ਕੋਈ ਫ੍ਰੀ ਦੇ ਵਿੱਚ ਰਹਿ ਸਕਣ ਪਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਦੇ ਵੱਲੋਂ 12 ਤੇ 13 ਦਰਮਿਆਨ ਉਹਦੇ ਚੋਂ 11.5 ਤੋਂ 12 ਕਿੱਲੇ ਜਿਹੜੀ ਜ਼ਮੀਨ ਵੇਚੀ ਗਈ ਹੈ ਉਸ ਨੂੰ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਉਹਦੀ ਕੀਮਤ ਨੂੰ ਉਹਦੀ ਜਿਹੜੀ ਐਕਚੁਅਲ ਕੀਮਤ ਸੀ 66 ਕਰੋੜ ਰੁਪਏ ਦੀ ਉਹ ਜ਼ਮੀਨ ਬਣਦੀ ਸੀਗੀ ਉਸ ਸਮੇਂ ਤੇ ਉਹ ਜਿਹੜੀ ਜ਼ਮੀਨ ਹੈ ਸਿਰਫ 19 ਕਰੋੜ ਰੁਪਏ ਦੀ ਵੇਚਤੀ ਹੈ ਤੇ ਬਦਲੇ ਚ ਇਹਨਾਂ ਨੇ ਮਲੇਰ ਕੋਟਲੇ ਦੇ ਲਾਗੇ ਜ਼ਮੀਨ ਲਈ ਹੈ ਸ਼੍ਰੋਮਣੀ ਕਮੇਟੀ ਨੇ 2013 ਦੇ ਵਿੱਚ ਹੀ ਸਿਰਫ 14 ਕਰੋੜ ਦੀ ਉਹਦੀ ਅੱਜ ਜਿਹੜੀ ਕੀਮਤ ਰਹਿ ਗਈ ਹੈ ਸਿਰਫ 9 ਕਰੋੜ ਕਿੱਥੇ ਅੱਜ ਜਿਹੜੀ ਕੀਮਤ ਹੈ ਜਿਹੜੀ ਜ਼ਮੀਨ ਵੇਚੀ ਹੈ ਇਹਨਾਂ ਨੇ 19 ਕਰੋੜ 65 ਲੱਖ ਦੀ ਉਹਦੀ ਅੱਜ ਕੀਮਤ ਹੈ 66 ਕਰੋੜ ਤੇ ਅੱਜ ਮਲੇਰਕੋਟਲੇ ਵਾਲੀ ਜ਼ਮੀਨ ਹੈ 14 ਕਰੋੜ ਦੀ ਉਹਦੀ ਕੀਮਤ ਰਹਿ ਗਈ ਹੈ ਸਿਰਫ 9 ਕਰੋੜ ਉਸੀਂ ਦੇਖੋ ਕਿ ਇੰਨਾ ਵੱਡਾ ਘਾਟਾ ਜਿਹੜਾ ਗੁਰੂ ਦੀ ਗੋਲਕ ਨੂੰ ਪਾਇਆ ਜਾ ਰਿਹਾ ਗੁਰੂ ਦੀ ਗੋਲਕ ਦੀ ਲੁੱਟਕਸੁੱਟ ਕੀਤੀ ਜਾ ਰਹੀ ਹੈ ਉਹਦਾ ਕੋਈ ਇਨਾਂ ਕੋਲੇ ਜਵਾਬ ਨਹੀਂ ਕੋਈ ਇਨਾਂ ਲੋਕਾਂ ਦੇ ਕੋਲੇ ਹਿਸਾਬ ਨਹੀਂ ਕਿ ਜਿਹੜਾ ਗੁਰੂ ਘਰ ਦਾ ਜਿਹੜਾ ਪੈਸਾ ਉਹ ਕਿੱਥੇ ਜਾ ਰਿਹਾ ਜਦੋਂ ਕਿ ਉਹ ਮੁਹਾਲੀ ਦੀ ਸੰਗਤ ਵਾਸਤੇ ਸਹਿਬਜਾਦਾ ਅਜੀਤ ਸਿੰਘ ਨਗਰ ਦੀ ਸੰਗਤ ਵਾਸਤੇ ਉਹ ਬੀਬੀ ਨੇ ਜ਼ਮੀਨ ਦਾ ਦਾਨ ਕੀਤੀ ਸੀ ਤੇ ਬਦਲੇ ਚ ਇਹਨਾਂ ਨੇ ਮਲੇਰਕੋਟਲੇ ਕਿਉਂ ਲਈ ਹੈ ਮੁਹਾਲੀ ਦੀ ਸੰਗਤ ਨੂੰ ਉਸ ਗੱਲ ਦਾ ਕੀ ਫਾਇਦਾ ਹੋਇਆ ਫੇਰ ਇੱਥੇ ਮੈਂ ਦੂਜੀ ਗੱਲ ਐਡ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ 40 ਕਰੋੜ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ ਜਿਹੜਾ ਸਿੱਖ ਇਤਿਹਾਸ ਚ ਅੱਜ ਤੱਕ ਨਹੀਂ ਹੋਇਆ ਕਿ ਗੁਰੂ ਦੀ ਗੋਲ ਘਾਟੇ ਚ ਗਈ ਹੋਵੇ ਅਸੀਂ ਮੰਨਦੇ ਆ ਕਿ ਕਰੋਨਾ ਕਰਕੇ ਕੁਝ ਦਿੱਕਤਾਂ ਆ ਸਕਦੀਆਂ ਨੇ ਪਰ ਇਹਨਾਂ ਵੱਲੋਂ ਵੱਡੇ ਵੱਡੇ ਜਿਹੜੇ ਘਪਲੇ ਕੀਤੇ ਜਾ ਰਹੇ ਨੇ ਗੁਰੂ ਦੀ ਗੋਲਕ ਦੇ ਉੱਤੇ ਉਸ ਕਰਕੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਗੋਲਕ ਹੈ ਉਹ ਘਟੀ ਹੈ ਨਾ ਕਿ ਕਰੋਨਾ ਕਰਕੇ ਕਰੋਨਾ ਕਰਕੇ ਅਸੀਂ ਮੰਨਦੇ ਆ ਵੀ ਕੁਝ ਗੱਲਾਂ ਦਾ ਜ਼ਰੂਰ ਫਰਕ ਪੈਂਦਾ ਪਰ ਵੱਡਾ ਜਿਹੜਾ ਫਰਕ ਪਿਆ ਉਹ ਇਸ ਕਰਕੇ ਪਿਆ ਕਿ ਇਹਨਾਂ ਨੇ ਗੁਰੂ ਦੀ ਗੋਲਕ ਦੇ ਨਾਲ ਵੱਡੇ ਵੱਡੇ ਜਿਹੜੇ ਘਪਲੇ ਕੀਤੇ ਨੇ ਤੇ ਤੀਜਾ ਵਿਸ਼ਾ ਸਾਡਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਨੇਕਾਂ ਸਰੂਪ ਸੀਗੇ 328 ਰੂਪ ਨੇ ਉਹ ਲਾਪਤਾ ਹੋਏ ਇਹਨੂੰ ਕਿੰਨਾ ਸਮਾਂ ਹੋ ਗਿਆ ਅੱਜ ਸ਼੍ਰੋਮਣੀ ਕਮੇਟੀ ਦੇ ਇੱਕ ਵੀ ਮੈਂਬਰ ਦੇ ਕੋਲ ਕੋਈ ਜਵਾਬ ਹੈ ਕਿ ਉਹ ਸਰੂਪ ਗਏ ਕਿੱਥੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੋਈ ਵੀ ਮਤਲਬ ਚੀਜ਼ ਮਤਲਬ ਨਹੀਂ ਹੈਗੀ ਅੰਤਮ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਉਹਨਾਂ ਦੇ ਜਿਹੜੇ ਸਰੂਪ ਇਦਾਂ ਲਾਪਤਾ ਹੋਣੇ ਤੇ ਸ਼੍ਰੋਮਣੀ ਕਮੇਟੀ ਕੋਲ ਕਿਸੇ ਵੀ ਕਿਸਮ ਦਾ ਜਵਾਬ ਨਾ ਹੋਣਾ ਕਿ ਉਹ ਗਏ ਕਿੱਥੇ ਨੇ ਸਾਨੂੰ ਦੱਸਤਾ ਦਿਓ ਵੀ ਉਹ ਸਰੂਪ ਕਿੱਥੇ ਗਏ ਨੇ 10 ਅਪ੍ਰੈਲ ਨੂੰ ਸ੍ਰੀ ਅਮਰਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਜਿਹੜਾ ਜਿਹੜਾ ਦਫ਼ਤਰ ਹੈ ਉਦੇ ਬਾਹਰ ਇੱਕ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਕਰਾਂਗੇ ਤਾਂ ਕਿ ਜਿਹੜੀ ਸਾਡੀ ਗੁਰੂ ਦੀ ਗੋਲਕ ਹੈ ਉਹਦੀ ਲੁੱਟਕਸੁੱਟ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦੇ ਟਹੇ ਚੜ ਕੇ ਉਹਨੂੰ ਅਸੀਂ ਬੰਦ ਕਰਾ ਸਕੀਏ ਅਸੀਂ ਪੂਰਾ ਡਾਟਾ ਲੈ ਕੇ ਜਾਵਾਂਗੇ ਪੰਜਾਬ ਦਾ ਸਾਰਾ ਵੀ ਦੇਖੋ ਐਨੀ ਜ਼ਮੀਨਾਂ ਗੁਰੂ ਘਰ ਦੀਆਂ ਇਹ ਲੋਕ ਕੋਡੀਆਂ ਦੇ ਭਾਜ ਜਿਹੜੀ ਕਰੋੜਾਂ ਦੀ ਜ਼ਮੀਨ ਸੀ ਕੋਡੀਆਂ ਦੇ ਭਾਅ ਵੇਚ ਚੁੱਕੇ ਨੇ ਤੇ ਇਹਨਾਂ ਲੋਕਾਂ ਨੂੰ ਤੁਸੀਂ ਦੁਬਾਰਾ ਦਿੱਲੀ ਚ ਨਾ ਲੈ ਕੇ ਆਓ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਤੁਸੀਂ ਦੇਖੋ ਪਹਿਲਾਂ ਸਿਰਸੇ ਤੇ ਵੀ ਪਰਚਾ ਹੋਇਆ ਹੋਰ ਬੰਦਿਆਂ ਦੇ ਵੀ ਪਰਚੇ ਹੋਏ ਨੇ ਕਿ ਇਹਨਾਂ ਨੇ ਗੁਰੂ ਦੀ ਗੋਲਕ ਨਾਲ ਠੱਗੀ ਮਾਰੀ ਐ ਪੰਜਾਬ ਦੇ ਵਿੱਚ ਤਾਂ ਲੋਕੀ ਬਚ ਗਏ ਕਿਉਂਕਿ ਬਾਦਲਾਂ ਦੀ ਆਪਣੀ ਸਰਕਾਰ ਸੀ ਤੇ ਪਰਚਾ ਕਿਹਨੇ ਕਰਨਾ ਸੀ ਇਹਨਾਂ ਲੋਕਾਂ ਦੇ ਉੱਤੇ ਸੋ ਇਹ ਸਾਰੇ ਖੁਲਾਸੇ ਅਸੀਂ ਦਿੱਲੀ ਕਮੇਟੀ ਦੀ ਜਿਹੜੀ ਚੋਣਾ ਆ ਰਹੀਆਂ ਉੱਥੇ ਜਾ ਕੇ ਵੀ ਸੰਗਤਾਂ ਦੇ ਕੋਲ ਰੱਖਾਂਗੇ ਇੱਕ ਮਸਲਾ ਹੋਰ ਆਇਆ ਜੇ ਕਲੀਅਰ ਨਹੀਂ ਥੋੜੇ ਦਿਨਾਂ ਚ ਅਸੀਂ ਉਹ ਵੀ ਪੂਰੀ ਇਨਕੁਆਇਰੀ ਕਰਕੇ ਨਾ ਸਬੂਤਾਂ ਦੇ ਉਸ ਤੇ ਆਧਾਰ ਤੇ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਜਿਹੜੀ ਇੱਕ ਗੋਵਿੰਦ ਸਿੰਘ ਲੌਂਗਵਾਲੇ ਇੱਥੇ ਪੰਜਕੁੱਲੇ ਚ ਕੋਠੀ ਬਣਾ ਰਿਹਾ ਉਹ ਸਾਰੀ ਕਾਰਸੇਵਾਲਾਂ ਵੱਲੋਂ ਬਣਾਈ ਜਾ ਰਹੀ ਹੈ ਜਿਹੜਾ ਕਿ ਸੰਗਤਾਂ ਦਾ ਪੈਸਾ ਦੇਖੋ ਇੱਕ ਇੱਕ ਦਾਣਾ ਇੱਕ ਇੱਕ ਪੈਸਾ ਸੰਗਤਾਂ ਕਿੰਨੀ ਸਰਦਾਂ ਨਾਲ ਦੰਨੀਆਂ ਪਰ ਇਹ ਕਾਦੇ ਵਾਸਤੇ ਵਰਤ ਰਹੇ ਹੈ ਇਹ ਹੀ ਚੀਜ਼ਾਂ ਅਸੀਂ ਸਾਹਮਣੇ ਲਿਆਉਣੀਆਂ ਵੀ ਆਉਣ ਵਾਲੇ ਸਮੇਂ ਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਉਹ ਚੰਗੇ ਹੱਥਾਂ ਚ ਆਵੇ ਜਿਹੜਾ ਸਚਾਰੂ ਢੰਗ ਨਾਲ ਅੱਗੇ ਚਲਾ ਸਕੇ ਬਿਲਕੁਲ ਸਾਡਾ ਇਹ ਜਹਿਦਾਰ ਜਗਤਾਰਜਨ ਹਵਾਰਾ ਕਮੇਟੀ ਅਤੇ ਅਕਾਰ ਯੂਥ ਇਹਨਾਂ ਦਾ ਇਹ ਨਿਸ਼ਾਨਾ ਵੀ ਜਿਹੜਾ ਇਸ ਤਰ੍ਹਾਂ ਕਰਕੇ ਧਰਮ ਦੇ ਨਾਂ ਤੇ ਗੁੰਮਰਾਹ ਕਰ ਰਹੇ ਆ ਅਸੀਂ ਇਹਨਾਂ ਦੇ ਉਹ ਪਰਦੇ ਫਾਸ਼ ਕਰਕੇ ਸੰਗਤਾਂ ਦੇ ਸਾਹਮਣੇ ਨੰਗੇ ਕਰਨੇ ਆ